अबे मिले खुदा आगे मिले खुदा हज का पे हो जाए था कबीर हज का पे हो जाए था साई मुझसे लर परे साई मुझसे लर परे तुझे किने तुझे किन फुरवाएगा कबीर हज कावे होए होए हज कबे होए होए गया कती बार कभी हज कबे बार कभी साई मुझ में क्या खता Thank you.
बिन हज का मैं हो जाएगा आगे मिले खुदा आगे मिले खुदा साईं मुझसे लार परे आ साईं मुझसे लार परे आ तुझे किन फुरमाएगा लार परे आ तुझे किन फुरमाएगा कबीर हज काम है होए होए गया अब कबीर जी दे इस श्लोक एतवार में दोनों ही नाल जोड़ के पढ़ना चाहते विचारना चाहते क्योंकि दोनों का सब्जेक्ट को है पर सूक्ष्म भेद समझना है क्योंकि मैं सिर्फ अर्थों विच नहीं पहना चाहता उनकी विचार विच पहना चाहता अखरी अर्थों विच नहीं केडी अजीब गल है मुढ़ले रूप विच एक विचारण वाली कि बाबा कबीर आख रहा है कब है गया आज कब है हो जाए था फिर ये भी कहता है आगे मिलिया खुदा है खुदा भी मिल पिया इनका मतलब एक गल जेड़ी बार बार गुरमत ने आखी भी खुदा काबे विच नहीं हेलो एक मसीद बसता है अवर मुल्क किस कह रहा दखन दे सारी का वासा पछम लोह मुकामा इथे बाबा कबीर ने लफ़ज कहते मैं काबे गया उत्थे मैंने खुदा मिलिया पर खुश होके नहीं गुस्से होके नाराजगी नाल साईं मुझसों लर पड़िया तुझे किन फरमाई गाए लर पिया हुण जदों कोई लड़ पैंदा है उस तों बाद फिर बोलदा नहीं अगली अगले श्लोक फिर एक गल आख दिती फिर गया इंदा मतलब फिर गया एक बार नहीं कई बार गया मसला तो है बहुत सारी गल्लां सोचने वाली होंगी ये साईं लड़ पिया इसलिए तू क्यों आया फिर दूजी बार क्यों गया इत्थे दूजे श्लोक विच आख दिता कबीर हज कब होए हो गया केती बार कबीर गिनती भी नहीं दसी केती बार दा मतलब किन्नी वारी पर मालिक खुदावंद अल्लाह ताला मेरे नाल बोले ही नहीं क्योंकि पहले कहता ना लड़ पड़े वो मेरे नाल गल ही नहीं करता कितनी बार कबीर मैं ये भी बेनती की महाराज मेरे को गलती की हो गई है साईं मुझ में क्या खता मेरे को गलती की हो गई
ਤੁਸੀਂ ਮੇਰੇ ਨਾਲ ਬੋਲਦੇ ਹੀ ਨਹੀਂ, ਗੱਲ ਹੀ ਨਹੀਂ ਕਰਦੇ। ਸਾਈ ਮੁਝ ਮੈਂ ਕਿਹਾ ਖਤਾ, ਮੁੱਖੋਂ ਨਾ ਬੋਲੇ ਪੀਰ, ਹੁਣ ਜ਼ਰਾ ਰੁਕਣਾ। ਕਬੀਰ ਕਾਬੇ ਦੀ ਹੱਜ ਕਰਨ ਗਿਆ, ਆਪ ਤੇ ਆਖ ਰਿਹਾ ਹੱਜ ਕਾਬੇ ਜਾਉ ਨਾ ਤੀਰਥ ਪੂਜਾ। ਗੁਰਬਾਣੀ ਮੈਂ ਰੁਕਣਾ ਚਾਹੁੰਦਾ। ਕਦੇ ਵਕਤ ਸੀ ਸਾਡੇ ਖੇਤਰ ਵਿੱਚ ਦੋ ਹੀ ਫਿਰਕੇ, ਦੋ ਕੌਮਾਂ ਮੁੱਖ ਰੂਪ ਵਿੱਚ ਵਸਦੀਆਂ ਸਨ, ਉਹ ਸਨ ਹਿੰਦੂ ਅਤੇ ਮੁਸਲਮਾਨ। ਇਹੋ ਕਾਰਨ ਹੈ ਗੁਰਬਾਣੀ ਵਿੱਚ ਵੀ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਵਿੱਚ ਵੀ ਇਹਨਾਂ ਦੋ ਕੌਮਾਂ ਦਾ ਹੀ ਅਕਸਰ ਜ਼ਿਕਰ ਆਇਆ ਹੈ। ਵਾਰ ਵਾਰ ਭਾਈ ਗੁਰਦਾਸ ਨੇ ਵੀ ਇਹ ਆਖਿਆ, ਜੱਗ ਵਿੱਚ ਹਿੰਦੂ ਮੁਸਲਮਾਨ ਹੈ, ਖੁਦੀ ਬਖੀਲੀ ਤਕੱਬਰੀ ਖਿੱਚੋ ਤਾਣ ਕਰੇ, ਦੋਵਾਂ ਦਾ ਆਪਸ ਵਿੱਚ ਟਕਰਾਓ ਸੀ। ਅਤੇ ਉਸ ਟਕਰਾਓ ਵਿੱਚੋਂ, ਕਿਉਂਕਿ ਦੋਵਾਂ ਦੀ ਵਿਚਾਰਧਾਰਾ ਵੱਖਰੀ ਵੱਖਰੀ ਸੀ, ਅਤੇ ਉਸ ਟਕਰਾਓ ਵਿੱਚ ਆਮ ਮਨੁੱਖ ਦੀ ਵਿਚਾਰਧਾਰਾ ਪਿਸ ਰਹੀ ਸੀ। ਅਤੇ ਮਹਾਂਪੁਰਸ਼ ਗੁਰੂ ਭਗਤ ਜਨ ਪਰਉਪਕਾਰੀ ਹੁੰਦੇ ਨੇ, ਆ ਹੁਣੇ ਪੜ੍ਹਿਆ ਜਾ ਰਿਹਾ ਸੀ, ਤੇਰੇ ਜਨ ਪਰਉਪਕਾਰੀ ਆਏ। ਉਹ ਕਿਸੇ ਦਾ ਦੁੱਖ, ਕਿਸੇ ਦੀ ਪਰੇਸ਼ਾਨੀ ਦਾ ਇਲਾਜ ਸੋਚਦੇ ਰਹਿੰਦੇ ਨੇ ਕਿਸੇ ਦੇ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਬਾਬਾ ਰਾਮਦਾਸ ਜੀ ਦੇ ਇੱਕ ਸ਼ਬਦ ਦੀ, ਉੱਥੇ ਵੀ ਮੈਂ ਇੱਕ ਲਫ਼ਜ਼ ਕਹਿ ਸਕਦਾ, ਕਹਿ ਰਾਮਦਾਸ ਉਦਾਸ ਦਾਸ ਮੱਤ, ਮੇਰੀ ਮੱਤ ਬੜੀ ਉਦਾਸ, ਬੜੀ ਚਿੰਤਾ ਵਿੱਚ। ਅਤੇ ਹੁਣ ਕੋਈ ਪੁੱਛੇ ਵੀ ਕਿਉਂ ਚਿੰਤਾ, ਆਪਣੀ ਕਿਸੇ ਕਾਰੋਬਾਰ ਦੀ ਚਿੰਤਾ, ਆਪਣੇ ਕਿਸੇ ਪੁੱਤਰ ਦੇ ਪਰਿਵਾਰ ਦੀ ਚਿੰਤਾ ਨਹੀਂ, ਮੈਨੂੰ ਚਿੰਤਾ ਹੈ ਤਾਂ ਇਹ ਹੈ ਕਿ ਸੰਸਾਰ ਦੇ ਲੋਕ ਜਿਹੜੇ ਨੇ ਉਹਨਾਂ ਦੀ ਹਾਲਤ ਇਹ ਹੋ ਗਈ ਹੈ, ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ, ਧਰਮ ਨਾਲੋਂ ਟੁੱਟ ਰਹੇ ਨੇ। ਉਦਾਸ ਦਾਸ ਮੱਤ ਰਵਦਾਸ। ਹੁਣ ਮਕਸਦ ਇਹੋ ਗੱਲ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇ ਸੰਬੰਧ ਵਿੱਚ ਵੀ ਆਖੀ, ਉਹ ਸੀ ਬਾਬਾ ਦੇਖੇ ਧਿਆਨ ਧਾਰ ਜਲਤੀ ਸਭ ਪ੍ਰਿਥਵੀ ਦਿਸਾਈ, ਵਜੋਂ ਗੁਰੂ ਗੁਬਾਰ ਹੈ 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 ਕਰਦੀ ਸੁਣੀ ਲੁਕਾਈ, ਸੁਣੀ ਲੁਕਾਈ ਹੈ ਕਰਦੀ, ਆਪਣੇ ਪੁੱਤਰ ਆਪਣੇ ਸੰਤਾਨ ਲਈ ਨਹੀਂ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਉਹ ਵੀ ਉਦਾਸ ਹੋਇਆ, ਰਵਿਦਾਸ ਵੀ ਉਦਾਸ ਹੋਇਆ। ਇੱਥੋਂ ਸਾਬਤ ਹੁੰਦਾ ਹੈ ਕਿ ਕੋਈ ਵੀ ਰੱਬ ਦਾ ਪਿਆਰਾ, ਰੱਬ ਦੀ ਬਣੀ ਹੋਈ ਸੰਸਾਰ ਦੀ ਇਸ ਕੁਦਰਤ ਕੈਨਾਤ ਨੂੰ ਦੁਖੀ ਨਹੀਂ ਦੇਖਣਾ ਚਾਹੁੰਦਾ। ਉਹਦਾ ਉਪਰਾਲਾ ਇਹੋ ਹੀ ਹੁੰਦਾ ਹੈ, ਮੈਂ ਕੋਈ ਉਹ ਜਿਹੀ ਤਰਕੀਬ ਸੋਚਾਂ ਇਹਨਾਂ ਦੀ ਚਿੰਤਾ ਦੁੱਖ ਖਤਮ ਹੋ ਜਾਏ। ਹੁਣ ਉਦੋਂ ਇੱਥੇ ਦੋ ਹੀ ਫਿਰਕੇ ਰਹਿੰਦੇ ਸਨ, ਉਹ ਆਪਸ ਵਿੱਚ ਟਕਰਾ ਰਹੇ ਸਨ, ਇਹੋ ਹੀ ਸਭ ਤੋਂ ਵੱਡਾ ਦੁਖਾਂਤ ਬਣਿਆ ਹੋਇਆ ਸੀ, ਆਪਸ ਵਿੱਚ ਕੋਈ ਮੇਲ ਨਹੀਂ ਸੀ। ਇਹੋ ਕਾਰਨ ਸੀ ਦੋਵਾਂ ਦੇ ਆਪਣੇ ਆਪਣੇ ਕੇਂਦਰ ਸਨ ਵਿਚਾਰਧਾਰਾ ਦੇ। ਇੱਕ ਨੇ ਦੱਖਣ ਦੇਸ਼ ਵਿੱਚ ਬਣਾ ਲਿਆ ਸੀ ਕਾਬਾ, ਜਗਨਨਾਥਪੁਰੀ ਵਿੱਚ ਬਣਾ ਲਿਆ ਸੀ ਦੱਖਣ ਵਾਲੇ ਪਾਸੇ, ਇੱਕ ਨੇ ਪੱਛਮ ਵਿੱਚ ਬਣਾ ਲਿਆ ਸੀ ਕਾਬਾ, ਬਨਾਰਸ ਦੇ ਕਾਬਾ ਦੋ ਕੇਂਦਰ ਬਣ ਗਏ ਸਨ ਦੋਵਾਂ ਦੇ। ਹੁਣ ਜਿੰਨੇ ਕੋਈ ਸੁਧਾਰ ਕਰਨਾ ਹੋਵੇ ਉਹਨੂੰ ਕੇਂਦਰ ਵਿੱਚ ਜਾਣਾ ਪਏਗਾ। ਮੈਂ ਇੱਥੇ ਰੁਕਣਾ ਚਾਹੁੰਦਾ, ਮਤ ਸਮਝ ਲਿਓ
कि बाबा कबीर उत्थे चला गया ते खोरे मुसलमान सी। मैं ये तां लफ्ज वरते ने क्योंकि कुछ विचार करन वाले लिखारियां कलमदाना ने ये भी लिख दिता कि बाबा कबीर मुसलमान सी। और उस गल नूं समेटन लई ब्राह्मण ने यह चाल वरती, उन्हें आख्या नहीं है तो ब्राह्मणी दे पेटों सी। क्योंकि एक वारी सी आशीर्वाद नाल बच्चा पैदा होया सी ते अपने इस हालात नूं छुपाण लई ओ जाके नदी किनारे सुट आई ते उत्थे जलाया अपनी ताणी धोण गया सी। उन्हें वेख्या बच्चा पिया है, उन्हें चुक लिया दा, ओ मुसलमान सी। इस तरह ब्राह्मणी दे पेटों पैदा होया होया हिंदुइज्म नाल संबंध रखदा मुसलमान दी गोदी विच पलिया। हुण शक ते दोवां पासे पै गया ना। हुण जदों असीं इस शक दी निगाह नाल इस शब्द नूं पढ़ने आ ते सोची पै जांदे आ। लिखण वाले ने भी लिख दिता विचों किसे ने शक्की ने कि कबीर मुसलमान सी। पर एक गल मैं जिहड़ी सांझी करना चाहना होए कि महापुरुष ने जदों कोई इनकलाब लियाउणे जिथों दुखांत पैदा होया है उत्थे जरूर पहुंचना केंद्र है। मैं ते एग्जाम्पल वजों क्योंकि दसम ग्रंथ का सुगा जिहड़ा दुखांत पैदा होया सी अपने तो शहर का दखण तो हजूर साहब तो, इसलिए मैं उत्थे जाके छेड़ना पिया। गल उतो ही आरंभ हुई। इस तरह बाबा कबीर ने दोनों सिद्धांत जेडे परेशानी का बैस बने हुए सन दोवां दे केंद्रां विच जाण सी। गुरु नानक ने भी इहो तरीका अख्तियार किया। हालांकि गुरु नानक ने अपनी रचना विच काबे जान का जिक्र नहीं किया, बाणी विच जिक्र नहीं किया। ते कह दिता भी कोई नावे तीर्थ कोई हज जाए उत्थे कोई लफज वरते है। अपने काबे जान का जिक्र गुरु नानक ने नहीं किया, भाई गुरदास ने किया, श्री गुरु ग्रंथ साहब की बाणी विच नहीं। पर चलो असी इस पक्ष नूं लईए कि बाबा भी उत्थे गया, कबीर भी गया। बाबा भी बनारस गया, कबीर भी गया काशी। बाबा भी उत्थे जाके कहिंदा रब खुदा इत्थे नहीं, हर थां ते वसदा है। ते कबीर भी इहो गल आखदा उत्थे जाके। बाबा भी काशी जांदा है ते कहिंदा ना काशी मत उपजे ना काशी मत जाए। कबीर भी उत्थे जांदा रहिंदा ते कहिंदा काशी मगर सम विचारी, श्री गुरु ग्रंथ साहिब इत्थों साबित हुंदा है कि काशी जाण दा मतलब यह नहीं कि जा काशी रहण दा बनारस रहण दा मतलब यह नहीं कि बाबा कबीर हिंदू सी। जा काबे जाण दा मसले ने यह नहीं कि बाबा कबीर मुसलमान सी। गुरु नानक दा काबे जाना यह नहीं सी कि वह मुसलमान सी ते अपने इस्लाम नूं सुधारना चाहुंदा सी। जां उह बनारस विच इसलिए नहीं गया, काशी नहीं गया कि उत्थों उन्हें मत लैणी सी। उह तां कहिंदा सतगुर मिले मत पुजे ना काशी मत पुजे ना काशी मत जाए। इहदा मतलब केवल सुधार, जिथों रोग पैदा होए ने जिहड़ा केंद्र है रोग दा उत्थों सुधार करन लई बाबा कबीर भी जांदा है ते बाबा भी जांदा है, जगन्नाथपुरी भी
कभी भी। बाबा कबीर भी बनारस भी काशी कभी भी। हुण गल ते सुधार दी है, गल सुधार दी है, सुधार वास्ते जांदे ने दोनों। उन्दे विच किसी फिरके दे नाल अपने संबंध का जिथे मसला होवे उत्थे ते बाबा कबीर ओ ही कहिंदा है ना हम हिंदू ना मुसलमान। फैसला तो बाणी विच सारे नाल नाल दे रहे ने, पर भला एक ख्याल करियो उन्नू मुसलमान का शक पाउण दियां कुछ गल्लां साडी अणगहली दियां ने, ਉਹ ਸਾਡੀ ਅਣਗਹਿਲੀ। ਹੁਣ ਦੇਖਣਾ ਉਹ ਅਣਗਹਿਲੀ ਕੀ ਆ, ਆਪਾਂ ਜ਼ਰਾ ਇਸ ਤੋਂ ਦੁਬਾਰਾ ਪੜ੍ਹੀਏ। ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾ ਕਾਬੇ ਗਿਆ। ਹੁਣ ਅਗਲੀ ਲਾਈਨ ਦਾ ਜਿਹੜਾ ਗਾਏ ਲਫ਼ਜ਼ ਸੀ ਨਾ, ਉੱਥੋਂ ਟਪਲਾ ਖਾ ਗਿਆ। ਹੁਣ ਗਾਏ ਲਫ਼ਜ਼ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੈਂ ਦੇਖ ਰਿਹਾ ਵਾਰ ਵਾਰ, ਜਿੱਥੇ ਗਾਏ ਲਫ਼ਜ਼ ਇੱਕ ਵਾਰ ਆਇਆ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਕਦੀ ਧਿਆਨ ਨਾਲ ਪੜ੍ਹਿਓ ਗੁਰਬਾਣੀ ਨੂੰ ਵਿਚਾਰਨ ਨਾਲ ਬੜਾ ਸਵਾਦ ਆਉਂਦਾ ਹੈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਹੁਣ ਇੱਥੇ ਕੋਈ ਦੋ ਰਹਿਣਾ ਨਹੀਂ, ਇੱਥੇ ਗਾਏ ਦਾ ਮਤਲਬ ਗਾਉ ਗਊ ਹੈ, ਸੂਰ ਦੇ ਮੁਕਾਬਲੇ 'ਤੇ ਦੂਜਾ ਨਾਂ ਜਿਹੜਾ ਉਹ ਗਊ ਦਾ, ਉਹਦੇ ਵਾਸਤੇ ਸੂਰ ਉਹਦੇ ਵਾਸਤੇ ਗਾਂ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗਾਏ ਦਾ ਮਤਲਬ ਗਊ, ਅਤੇ ਸਪੈਲਿੰਗ ਕੀ ਹੈ ਇਹਦੀ ਦੇਖਣਾ ਸਾਨੂੰ ਵਿਚਾਰਨਾ ਪਏਗਾ। ਸਪੈਲਿੰਗ ਹੈ ਗੱਗੇ ਨੂੰ ਗਾ ਕੰਨਾ ਈੜੀ ਨੂੰ ਸਿਹਾਰੀ, ਕਦੀ ਪੜ੍ਹ ਕੇ ਵੇਖਿਓ ਗਾਏ ਇੱਥੇ ਇਉਂ ਲਿਖਿਆ ਹੋਇਆ। ਪਰ ਮੈਂ ਇੱਕ ਗੱਲ ਦੁਹਰਾ ਦਿਆਂ, ਅੱਜ ਤੋਂ ਕੁਛ ਵਰੇ ਪਹਿਲਾਂ ਜਦੋਂ ਸੁਖਮਨੀ ਸਾਹਿਬ ਦੀ ਵਿਚਾਰ ਸ਼ੁਰੂ ਹੋਈ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ। ਸਤਿਗੁਰੂ ਦੀ ਬਾਣੀ ਦੀ ਇੱਕ ਲਾਈਨ ਹੈ, ਉਹ ਇਹ ਕਿ ਮੇਰੇ ਸਾਹਿਬਾ ਹਉ ਆਪੇ ਭਰਮ ਭੁਲਾਣੀ, ਮੈਂ ਆਪੇ ਹੀ ਭੁੱਲ ਗਿਆ। ਅਤੇ ਭੁੱਲਿਆ ਕਿ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ, ਬਟ ਮੈਂ ਤੇਰੀ ਆਵਾਜ਼ ਤੇਰੇ ਬਚਨ ਜੋ ਮੇਰੇ ਸਮਝਣ ਵਾਲੇ ਸਨ ਉਹ ਤਾਂ ਮੈਂ ਜਾਣੇ ਨਹੀਂ, ਮੈਂ ਅੱਖਰਾਂ ਵਿੱਚ ਹੀ ਭੁੱਲ ਗਿਆ। ਕਿਉਂਕਿ ਅੱਖਰ ਜਿਹੜੇ ਨੇ ਉਹ ਸੰਸਾਰ ਦੀ ਕਿਰਤ ਨੇ। ਉਦੋਂ ਮਸਲਾ ਆਇਆ ਸੀ ਕਿ ਲਿਪੀ ਸੰਸਾਰ ਦੀ ਕਿਰਤ ਹੈ, ਧੁਰ ਤੋਂ ਬਾਣੀ ਆਈ ਹੈ, ਵਿਚਾਰਧਾਰਾ ਜਿਹੜੀ ਬਾਬੇ ਦੇ ਹਿਰਦੇ ਵਿੱਚ ਆਈ ਹੈ, ਲਿਪੀ ਨਹੀਂ ਆਈ। ਲਿਪੀ ਤਾਂ ਬਦਲਦੀ ਹੈ ਜਦੋਂ ਅਸੀਂ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਦੇ ਹਾਂ ਗੁਰਬਾਣੀ ਨੂੰ, ਲਿਪੀ ਬਦਲ ਜਾਂਦੀ ਹੈ। ਔਰ ਲਿਪੀ ਜਦੋਂ ਬਦਲਦੀ ਹੈ ਨਾ, ਇੱਕ ਸਾਰੇ ਵੀ ਤੁਸੀਂ ਤਾਂ ਹੁਣ ਤਾਂ ਸਮਾਂ ਬੜਾ ਐਡਵਾਂਸ ਆਰਟੀਐਲ ਨੂੰ ਸਮਝਦੇ ਨੇ, ਜਦੋਂ ਟ੍ਰਾਂਸਲੇਟ ਕਰਕੇ ਕਿਸੇ ਹੋਰ ਲਿਪੀ ਵਿੱਚ ਕਿਸੇ ਲਫ਼ਜ਼ ਨੂੰ ਲਿਖਣਾ ਹੋਵੇ ਤਾਂ ਅੱਖਰ ਇੱਕੋ ਨਹੀਂ ਰਹਿੰਦੇ, ਅੱਖਰ ਬਦਲ ਜਾਂਦੇ ਨੇ। ਪਰ ਉਹ ਨਵੀਂ ਲਿਪੀ ਵਰਤਣ ਵਾਲਾ ਮਨੁੱਖ ਅੱਖਰਾਂ ਵੱਲ ਧਿਆਨ ਨਹੀਂ, ਉਹ ਕਹਿੰਦਾ ਇਹਦਾ ਉਚਾਰਨ ਨਹੀਂ ਬਦਲਣਾ ਚਾਹੀਦਾ, ਪ੍ਰੋਨਾਂਸ ਉਹ ਹੀ ਰਹਿਣਾ ਚਾਹੀਦਾ। ਅੱਖਰ ਦੇਣ ਲੱਗਿਆ ਲਿਪੀ ਬਦਲਣ ਲੱਗਿਆ, ਇਹ ਨਹੀਂ ਮਸਲਾ ਕਿ ਉੱਥੇ ਸਿਹਾਰੀ ਹੈ ਅਤੇ ਇੱਥੇ ਵੀ ਸਿਹਾਰੀ ਹੋਵੇ, ਬਦਲ ਜਾਣੇ ਨੇ, ਲਿਪੀ ਬਦਲ ਗਈ। ਪਰ ਜਿਹੜੇ ਨਵੇਂ ਅੱਖਰਾਂ ਦੀ ਥਾਂ 'ਤੇ ਆਏ ਨੇ ਉਹਨਾਂ ਦਾ ਮਤਲਬ ਹੁੰਦਾ ਹੈ ਕਿ ਇਹਦਾ ਪ੍ਰੋਨਾਂਸ ਨਾ ਬਦਲੇ,
उच्चारण न बदले, इसलिए उच्चारण जेड़ा है वो है इस गल दी निशानी के बाणी की है, अक्षर नहीं। हुण अक्षरां दे मुताबिक हुण जो गाय लिखिया गया, पढ़ के वेख लियो श्री गुरु ग्रंथ साहिब विच, उत्थे गग्गे नूं गा कन्ना ते इड़ी नूं इसहारी गाए, ते उंदे अर्थ उस दे मुताबिक भी बिल्कुल उसने ठीक कीते, बाबा प्रोफेसर साहब सिंह ने भी कीते, उंदे अर्थ सन हक पराया नानका उस सूर उस गाए, इत्थे गाए दा अर्थ गऊ। पर मैं हैरान जी असी लिपी दे कायल हो गए, अखर लिखे सही गवां दे कायल हो गए, पर उस परम विच भुल गए, तां फिर श्री गुरु ग्रंथ साहिब अंदर गाए लफज एक थां ते नहीं अनेका थावां ते है, जिस दा अर्थ है गाउणा। श्री गुरु ग्रंथ साहिब पढ़ के कि हर थां ते जिन्नी थां ते भी गाए लफज आया है ना, उनका मतलब है गाउणा। कहिंदे कीता लोड़िए कम सो हर पै आखिए, कार्ज दे सवार सतगुर सरस आखिए, संतां संग निधान अमृत चाखिए, पै भंजन मेहरबान दास की राखिए, नानक हर गुण गाए। इत्थे भी गग्गे नूं गा करना है, ईड़ी नूं इसहारिए। हुण इहदा इत्थे गऊ तां नहीं ना कह सकदे, जे असी यह समझिए भी गाय का अर्थ गऊ ही है तो फिर इतने की आखोगे, स्पैलिंग ओही है, पढ़ के लिख लियो नानक हर गुण गाए। उत्थे की है उस सूर उस गाए दोवां दा उच्चारण प्रनाउंस एक है, तो केड़ी अजीब गल है, उन्हां दोहां दे अंदर जिहड़ी लिपि दी बनतर है वो भी एक है, पर अर्थ वक् वक्ख ने, उनके असी अर्थ एक उस लिपि के मुताबिक तो एक अर्थ नहीं कर सकते। जो लिपि के मुताबिक करांगे तो फिर एक अखर लिखे सही गावां वरना जाना बाणी के घेरे में आ जावांगे। नानक हर गुण गाए अलख प्रभ लाखिए, हर गुण गाए मेरा मन सीत लाया, पढ़ के वेख लो उ स्पैलिंग, हर गुण गाए मेरा मन सीत लाया। मसला उत्थे भी यही आ जाता है, इसलिए एक ख्याल करियो इत्थे आके असी एक टपला खा गए जिथों मुश्किल बन गई। बाबा कबीर जी दे श्लोक विच उत्थे लफज की ने, हज काबे हो जाए था कबीर, हज काबे हो जाए था आगे मिलिया खुदा साई मुझसे लर परया, तुझे किन फुरमाएगा। इत्थे हुण इत्थे गाए दे लफज नूं गऊ करके लिया गया, ते आखिया भी साई मालिक मेरे नाल लड़ पिया कि तैनू किन्ने आखिया गऊ दी कुर्बानी दे, क्योंकि गऊ साबित करना है, गऊ दी बलि दे। हुण केड़ी अजीब गल है, मुसलमान कोई केवल गऊ दी बलि नहीं दिंदा, कुर्बानी देने वाले भावें हिंदू होन वह भी देंदे ने, मुसलमान भी देंदे ने, पर केवल गऊ की नहीं हर जीव की कई ईवन मनुखा की कुर्बानी भी दिती जाती है। आ लोगों के बच्चे चुक के अज के जमाने अंदर इस समय अंदर भी ऐसे लोग ने जिहड़े लोगों के बच्चे चुक के उन्हां दी बलि देंदे ने। उत्थे सिर्फ गऊ का लफज आ गया, क्यों? क्योंकि साडे दिमाग अंदर यह अर्थ इस लई पाया क्योंकि असी कबीर नूं हिंदू साबित करना चाहते हैं,
या मुसलमान साबित करना चाहते हो? तुझे किन फुरमाई गाए, तेन किन्ने आख्या तू दस बी तू गऊ की कुरबानी दे? हालांकि बाबा कबीर का मसला काबे जान का साबित ठीक होंगे क्योंकि सुधार कर जाना है। बाबा भी गया जिथे कोई बिगाड़ है उथे सुधारना है। हमेशा जरा केंद्र होवे किसी फिरके का किसी विचारधारा का उथों ही सुधार होंगे। बाबा भी गया है, बाबा कबीर भी गया है। और बड़ा स्पष्ट के एक पासे जांदा है ते एक बार नहीं लफज कहता है कितनी बार कबीर, ते दूजे पासे कहता है हज काबे नत हज काबे न तीर्थ, मैं तीर्थां ते भी नहीं जांदा, मैं काबे दी हज ते भी नहीं जांदा। उत्थे कहता है मैं एक बार नहीं कई बार गया, हज काबे जाओ ना तीर्थ पूजा। बिल सिर्फ टपला असी इस गल ते खा गए क्योंकि असी अपनी विचारधारा नूं बलवान करन लई विचारधारा नूं उस अखर लिखे सही गावां विच आ बैठ फसे। हुण मैं अगे वधना चाहना क्योंकि इह दो सलोक करके आपां ओह गल जिस जिहड़ी उसने कही ना साईं मुझमें त्या क्या खता, ते जिंदे लई इत्थे लर परिया दा मसला है, ओह गल तां अगले सलोकां विच है। विचारांगे अगली बार। हुण इत्थे सिर्फ यह है कि उस गाए लफज तो भुलिया होया मनुख जिहड़ा है वह स्पैलिंग उस लिपि दे उस अखर लिखे सही गावां विच भुलिया होया मनुख अगले पासे फिर फस गया। उत्थे लिखी सी कबीर हज काबे होए होए गया, एक बार नहीं कई बार काबे गया, क्योंकि मन कर बक्का किबला कर, मन अंदर विचार करनी, मन अंदर सोचना भी ये संसार दा दुख दुखांत क्यों है। बाबा भी घरों विचार विचार के तो फैसला करके तुरे सी, ते मणी तो कब है, मणी तो मक्का है। बाबा कबीर भी अंदर झात मारते ने भी ये दुखांत क्यों है, इस दुखांत का कारण की है, ते उस कारण नूं काबे नाल संबंधित करके बाबा कबीर आख रहे ने। कहिंदे ने कबीर आज काबे होए होए गया, केती बार कबीर मैं बड़ा बार बार मन अंदर विचारिया कि साई मुझ में क्या खता। साडे लोगों विच इत्थे मुझ में साडे विच केड़ा केड़ी भुल है कि तेरे नाल साडा संबंध नहीं जुड़ रहा, तेरे नाल साडा संबंध नहीं जुड़ रहा। हुण आपां अगली बार विचारांगे ते पता लगेगा इस गल दा जवाब बाबा कबीर जी ने केड़ा खूबसूरत दिता है। हुण सिर्फ इन्नी गल समझाइए कि काबा केंद्र है एक विचारधारा दा, कांशी बनारस केंद्र है एक विचारधारा दा, दो वख वख मुख्तलिफ विचारधारा जिहड़ियां ने वो आपस विच टकरा रही ने, जग विच हिंदू मुसलमान खुदी बखीली तकबरी खिचो तान करन तियां ने, गंग बनारस हिंदुआ मक्का काबा मुसलमान, सुन्नत मुसलमान दी तिलक जन्यू हिंदू लुभाने, राम रहीम कहाए दे एक नाम दोए राह भुलाने। सच किनारे रह गया। और यो गल सतगुरु ने बाणी बिच आखी, कह लगे मैं देखदा क्या कोई करे पूजा कोई सिरने आए, कोई नावे तीर्थ कोई हज जाए। गुरु अर्जन पातशाह जी का शब्द है, कोई नावे तीर्थ कोई हज जाए, कोई करे पूजा कोई सिरने आए, कोई पढ़े वेद कोई कतेब, कोई ओढ़े नील कोई सफेद, कोई कहे तुर्क कोई कहे हिंदू। कहिंदा मैं तुर्क, वो कहिंदा मैं हिंदू, दोवां दा केंद्र वखरा वखरा है। कोई कहे तुर्क कोई कहे हिंदू, कोई बाछे पिश्त
ਕੋਈ ਸੁਰਗਿੰਦੂ, ਹਾਲਾਂਕਿ ਦੋਹਾਂ ਥਾਵਾਂ 'ਤੇ ਚੀਜ਼ ਇੱਕੋ ਜਿਹੀ ਹੈ, ਉਹ ਹੁੰਦਾ ਉਹਨੇ ਉਹਦਾ ਨਾਂ ਬਹਿਸ਼ਤ ਰੱਖ ਲਿਆ, ਉਹਨੇ ਉਹਦਾ ਨਾਂ ਸੁਰਗ ਰੱਖ ਲਿਆ, ਕਿਉਂਕਿ ਇੱਕ ਦੂਜੇ ਨਾਲ ਟਕਰਾਓ ਹੈ ਨਾ। ਦੋਵਾਂ ਨੇ ਆਪਣੇ ਮੂੰਹ ਮੋੜ ਲੈਣੇ, ਇੱਕ ਨੇ ਦੱਖਣ ਵੱਲ ਕਰ ਲਿਆ, ਇੱਕ ਨੇ ਪੱਛਮ ਵੱਲ ਕਰ ਲਿਆ, ਪਰ ਗੁਰੂ ਅਰਜਨ ਪਾਤਸ਼ਾਹ ਇੱਕ ਜਵਾਬ ਦਿੰਦੇ ਨੇ ਅਖੀਰ 'ਤੇ, ਅਖੀਰ ਦੀ ਲਾਈਨ ਵਿੱਚ ਕਹਿਣ ਲੱਗੇ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਛੇ ਪੇਸ਼ਤ, ਕੋਈ ਸਿਰਗਿੰਦੂ, ਅਤੇ ਅਖੀਰ 'ਤੇ ਕਹਿੰਦੇ ਨੇ, ਕਹੋ ਨਾਨਕ ਜਿਹਨੂੰ ਹੁਕਮ ਪਛਾਤਾ। ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਰੱਬ ਨੂੰ ਪ੍ਰਭੂ ਨੂੰ ਉਹ ਹੀ ਮਿਲ ਸਕਿਆ, ਭਾਵੇਂ ਕੋਈ ਬਨਾਰਸ ਵਿੱਚ ਰਹੇ ਅਤੇ ਭਾਵੇਂ ਕੋਈ ਕਾਬੇ ਵਿੱਚ ਜਾਏ। ਔਰ ਇਹ ਗੱਲ ਸਤਿਗੁਰੂ ਨੇ ਬਾਣੀ ਵਿੱਚ ਵੀ ਆਖੀ, ਦੱਖਣ ਦੇ ਸਾਜੀ ਕਾ ਵਾਸਾ, ਪੱਛਮ ਵੱਲੋ ਮਕਾਨਾ ਮੁਕਾਮਾ, ਦਿਲ ਮੈਂ ਖੋਜ ਦਿਲੋ ਦਿਲ ਖੋਜੋ ਉਹੀ ਠੋਰ ਮੁਕਾਮਾ। ਗੁਰੂ ਅਰਜਨ ਪਾਤਸ਼ਾਹ ਜੀ ਨੇ ਵੀ ਅਖੀਰ 'ਤੇ ਇਹੋ ਗੱਲ ਆਖੀ, ਕਹਿਣ ਲੱਗੇ, ਭਲਿਆ ਮੈਂ ਤੈਨੂੰ ਯਕੀਨ ਦਿਵਾਨਾ, ਕਹੋ ਨਾਨਕ ਜਿਹਨੇ ਹੁਕਮ ਪਛਾਤਾ, ਜਿਹੜਾ ਉਹਦੇ ਹੁਕਮ ਵਿੱਚ ਰਿਹਾ, ਜੋ ਕ ਉਸਨੇ ਭੇਜਿਆ ਕਿਹਾ ਹੈ ਉਸਨੂੰ ਮੰਨਿਆ, ਉਹਨੇ ਜੋ ਕੁਝ ਕਿਹਾ ਉਹ ਕੀ ਹੈ, ਇਹ ਤੁਰਕੀ ਬਾਣੀ ਆਈ, ਜਿਹੜਾ ਉਸਦੇ ਰੱਬੀ ਹੁਕਮ ਨੂੰ ਪਛਾਣ ਲਏਗਾ, ਪ੍ਰਭੂ ਨਾਲ ਮਿਲਾਪ ਉਹਦਾ ਹੋਏਗਾ, ਅਤੇ ਉਸ ਹੁਕਮ ਨੂੰ ਪਛਾਣੇ ਬਿਨਾਂ ਭਾਵੇਂ ਉਹ ਕਾਬੇ ਵਿੱਚ ਬੈਠਾ ਰਹੇ ਅਤੇ ਭਾਵੇਂ ਉਹ ਜਗਨਨਾਥਪੁਰੀ ਮੰਦਿਰ ਵਿੱਚ ਬੈਠਾ ਰਹੇ, ਮਿਲਾਪ ਨਹੀਂ ਹੋਣਾ। ਇਹੋ ਗੱਲ ਬਾਬਾ ਕਬੀਰ ਜੀ ਨੇ ਇੱਥੇ ਆਖੀ, ਕਹਿਣ ਲੱਗੇ, ਜੇ ਮੈਂ ਵੇਖਾਂ ਤਾਂ ਕਾਬੇ ਜਾ ਕੇ ਵੀ ਮੇਰਾ ਅਤੇ ਰੱਬ ਦਾ ਮਿਲਾਪ ਨਹੀਂ ਹੋਇਆ, ਲੜ ਪਿਆ, ਇੱਕ ਨਹੀਂ ਕਈ ਵਾਰ ਜਾ ਕੇ ਵੇਖਿਆ, ਉਹਨੇ ਮੇਰੇ ਨਾਲ ਗੱਲ ਵੀ ਨਹੀਂ ਕੀਤੀ। ਹੁਣ ਅਗਲੇ ਪਾਸੇ ਉਹ ਖਤਾ ਦੱਸੇ, ਜਿਹੜੀ ਗਾ ਖਤਾ ਬਾਬਾ ਕਬੀਰ ਜੀ ਨੇ ਪੁੱਛੀ ਹੈ, ਉਹ ਖਤਾ ਅਗਲੇ ਸਲੋਕਾਂ ਵਿੱਚ ਬਾਬਾ ਕਬੀਰ ਜੀ ਸਾਂਝੀਆਂ ਕਰਨਗੇ। ਤਾਂ ਕਿ ਕਹਿੰਦੇ ਨੇ, ਕਬੀਰ ਹੱਜ ਕਾਬੇ ਹੋਏ ਹੋਏ ਗਾ, ਹੱਜ ਕਾਬੇ ਹੋਏ ਹੋਏ ਗਾ, ਕੇਤੀ ਬਾਰ ਬਾਰ ਕਵੀ, ਸਾਈ ਬੁਝ ਮੈਂ ਕਿਆ ਖਤਾ, ਸਾਨੂੰ ਬੁਝ ਮੈਂ, ਇੱਥੇ ਲਫ਼ਜ਼ ਬੁਝ ਮੈਂ, ਸਾਨੂੰ ਇਹ ਪਛਾਣ ਨਾ ਪੈ ਗਿਆ ਮੇਰੇ ਵਿੱਚ ਕਮੀ ਕਿਹੜੀ, ਜਿਹੜਾ ਮੈਂ ਧਰਮ ਤੋਂ, ਪ੍ਰਭੂ ਦੇ ਹੁਕਮ ਤੋਂ, ਪ੍ਰਭੂ ਦੇ ਮਿਲਾਪ ਤੋਂ ਦੂਰੀ ਬਣਾਈ ਬੈਠਾ। ਸਾਈ ਬੁਝ ਮੈਂ ਕਿਆ ਖਤਾ, ਸਾਈ ਬੁਝ ਮੈਂ ਕਿਆ ਖਤਾ, ਮੁਖੋ ਨਾ ਬੋਲੇ ਬੋਲੇ ਪੀਰ, ਹੱਜ ਕਾਬੇ ਹੱਜ ਕਾਬੇ ਹੋ ਜਾਏ ਥਾ ਕਬੀਰ, ਹੱਜ ਕਾਬੇ ਹੋ ਜਾਏ ਥਾ ਕਬੀਰ, ਹੱਜ ਕਾਬੇ ਹੋ ਜਾਏ ਲਈ ਨਾ ਹੱਜ ਜਾਣਾ ਨਾ ਤੀਰਥ ਜਾਣਾ।
पर सानू इन्हां सारियां चीज़ां गुरबाणी दे इन्हां लाइनां नू पढ़न दा समझन दा मकसद है असी भी अपने आप नू बदलिए समझिए कि साई मुझ में क्या खता साढ़े विच की कमियां ने ये सवाल है साई मुझ में क्या खता कि मेरा मेरे गुरु का संबंध टुट रहा है मेरा ते मेरे रब का संबंध टुट रहा है उन्हों बरकरार रखने लिए जरूरी है कि अपने गुनाहों नू अपनी कमजोरियों नू समझा जाए बस बाबा कबीर जी का इस गल वाल इशारा है हुण आपां अगली बार ये देखांगे बाबा कबीर केड़ी खता दसदे ने इन्हां शब्दां नाल खिमां दा जा चुका पुल चुप दिखे माम वाहिगुरु जी का खालसा वाहिगुरु जी की फतेह।